ਫਗਵਾੜਾ ਜਲੰਧਰ ਨੈਸ਼ਨਲ ਹਾਈਵੇ ਤੇ ਹੋਇਆ ਭਿਆਨਕ ਹਾਦਸਾ। ਟਰੱਕ ਨੇ ਮਾਰੀ ਕਾਰ ਨੂੰ ਜ਼ਬਰਦਸਤ ਟੱਕਰ। ਇਸ ਟੱਕਰ ਦੇ ਵਿੱਚ ਹੋਏ ਦੋ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ। ਜੀ ਹਾਂ, ਇਹ ਹਾਦਸਾ ਜੋ ਹੈ ਫਗਵਾੜਾ ਜਲੰਧਰ ਨੈਸ਼ਨਲ ਹਾਈਵੇ ਦਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਜਲੰਧਰ ਸਾਈਡ ਨੂੰ ਜਾ ਰਹੀ ਇੱਕ ਕਾਰ ਗੰਦੇ ਨਾਲੇ ਦੇ ਵਿੱਚ ਡਿੱਗ ਜਾਂਦੀ ਹੈ। ਕਾਰ ਦੇ ਵਿੱਚ ਦੋ ਲੋਕ ਮੌਜੂਦ ਹੁੰਦੇ ਨੇ ਜੋ ਕਿ ਕਾਫੀ ਜ਼ਿਆਦਾ ਜ਼ਖਮੀ ਹੋ ਜਾਂਦੇ ਨੇ। ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਫਗਵਾੜਾ ਸਾਹਿਬ ਤੋਂ ਆ ਰਿਹਾ ਇੱਕ ਕਾਰ ਜਦੋਂ ਹੀ ਚਹੇੜੂ ਪੁਲ ਦੇ ਨਜ਼ਦੀਕ ਪਹੁੰਚਦੀ ਹੈ ਤੇ ਉਸ ਵਕਤ ਇੱਕ ਟਰੱਕ ਦੇ ਵੱਲੋਂ ਉਸਨੂੰ ਜ਼ਬਰਦਸਤ ਸਾਈਡ ਮਾਰ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਕਾਰ ਜੋ ਹੈ ਗੰਦੇ ਨਾਲੇ ਦੇ ਵਿੱਚ ਜਾ ਡਿੱਗਦੀ ਹੈ। ਹੋਰ ਕੀ ਕੁਝ ਮੁਲਾਜ਼ਮ ਨੇ ਜਾਣਕਾਰੀ ਸਾਂਝੀ ਕੀਤੀ ਹੈ, ਆਓ ਇੱਕ ਵਾਰ ਰੁਕ ਕਰਦੇ ਹਾਂ। ਸਰ, ਸਵੇਰੇ ਕੋਈ 8 ਦਾ ਟਾਈਮ ਸੀਗਾ, 8:15 ਦਾ, ਉਦੋਂ ਗੱਡੀ ਜਾਂਦੀ ਹੈ ਫਗਵਾੜਾ ਸਾਈਡ ਤੋਂ ਆ ਰਹੀ ਸੀ। ਕਾਰ ਹੈ ਜੀ, ਇਹ ਕਾਰ ਜਿਹੜੀ ਹੈ ਉਹ ਅੱਗੇ ਕਰ ਲੱਗੀ ਹੈ ਅਤੇ ਟਰੱਕ ਦੀ ਸਾਈਡ ਉਹ ਲੱਗੀ ਹੈ, ਉਹਦੇ ਕਾਰਨ ਇਹ ਗੱਡੀ ਜਿਹੜੀ ਗੰਦੇ ਨਾਲ ਡਿੱਗੀ ਹੈ। ਇਹ ਕਿੰਨੇ ਵਿਅਕਤੀ ਇਹਦੇ ਵਿੱਚ ਸਵਾਰ ਸੀ? ਦੋ ਸਵਾਰ ਸੀਗੇ, ਉਹਨਾਂ ਨੂੰ ਕੱਢ ਕੇ ਫਸਟ ਏਡ ਦਿੱਤੀ, ਉਹਨੂੰ ਹਸਪਤਾਲ ਦਾ ਸਦਰਾ ਹੈ। ਗੱਡੀ ਜਿਹੜੀ ਹੈ ਨਾਲੇ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨੀ ਗਈ। ਵਿਅਕਤੀ ਕਿੱਥੋਂ ਦੇ ਸੀਗੇ ਪਤਾ ਲੱਗਾ? ਸਰ, ਇਹ ਪਤਾ ਲੱਗਾ ਫਟਾਫਟ, ਤੁਹਾਨੂੰ ਮਤਲਬ ਹੋਸ਼ ਸੀਗੇ ਫਟਾਫਟ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਗੱਡੀਆਂ ਜਿਹੜੀਆਂ ਤੇਜ਼ ਰਫਤਾਰ ਨਾਲ ਆਉਂਦੀਆਂ ਆ, ਓਵਰਟੇਕ ਕਰਦੇ ਨੇ ਲੋਕ, ਅਤੇ ਉਹਨਾਂ ਦਾ ਹਾਦਸਿਆਂ ਦਾ ਕਾਰਨ ਬੰਦੇ ਆ, ਇੱਕ ਹੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਲੋਕਾਂ ਨੂੰ? ਸਰ, ਵਾਰ ਵਾਰ ਇਹੋ ਮੈਸੇਜ ਦਿੰਦੇ ਆਏ, ਇਹਨਾਂ ਨੂੰ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਕਿ ਗੱਡੀ ਓਵਰਲੋਡ ਨਾ ਚਲਾਓ, ਨਾ ਤੇਜ਼ ਚਲਾਓ, ਗੱਡੀ ਓਵਰਟੇਕ ਨਾ ਕਰੋ, ਜਿਹੜੀ ਹੈ ਸਲੋ ਚਲਾਓ ਗੱਡੀ, ਇਹ ਤਾਂ ਦਿੱਤੀ ਜਾਂਦੀ ਹੈ। ਪਰ ਗੱਡੀ ਓਵਰਟੇਕ ਕਰਨ ਨਾਲ ਗੱਡੀ ਜ਼ਿਆਦਾ ਐਕਸੀਡੈਂਟ ਹੁੰਦਾ ਜੀ, ਇਸ ਕਰਕੇ ਹਾਦਸਿਆਂ ਦਾ ਕਾਰਨ ਬਣਦਾ। ਬਾਕੀ ਇੱਥੇ ਮਨਜੀਤ ਸਿੰਘ ਲੋਕ ਪਲਾਂਟ ਵਾਲੇ ਜਿਹੜੇ, ਉਹਨਾਂ ਨੂੰ ਜਦੋਂ ਵੀ ਅਸੀਂ ਉਹਨਾਂ ਨੂੰ ਫੋਨ ਕਰਦੇ ਹਾਂ, ਜੇ ਸੀ ਬੀ ਭੇਜਦੇ ਤਾਂ ਹੁਣ ਵੀ ਉਹਨਾਂ ਦੀਆਂ ਜੇ ਸੀ ਬੀ ਦੋਨੇ ਆ ਗਈਆਂ ਨੇ, ਉਹਦੀ ਮਦਦ ਨਾਲ ਆਪਾਂ ਇਹਨਾਂ ਨੂੰ ਕੱਢ ਰਹੇ ਹਾਂ ਜੀ ਨਾਲੀ ਤੋਂ ਬਾਹਰ। ਉਹਦਾ ਕਾਫੀ ਸਹਿਯੋਗ ਹੈ ਮਨਜੀਤ ਸਿੰਘ ਲੋਕ ਪਲਾਂਟ ਦਾ। ਥੈਂਕ ਯੂ ਅਗਰਵਾਲ। ਸਰ, ਸਵੇਰੇ ਕੋਈ 8 ਦਾ ਟਾਈਮ ਸੀਗਾ, 8:15 ਦਾ, ਉਦੋਂ ਗੱਡੀ ਜਿਹੜੀ ਹੈ ਫਗਵਾੜਾ ਸਾਈਡ ਤੋਂ ਆ ਰਹੀ ਸੀ। ਕਾਰ ਹੈ ਜੀ, ਇਹ ਕਾਰ ਜਿਹੜੀ ਹੈ ਉਹ ਅੱਗੇ ਕਰਨ ਲੱਗੀ ਹੈ ਅਤੇ ਟਰੱਕ ਦੀ ਸਾਈਡ ਉਹ ਲੱਗੀ ਹੈ, ਉਹਦੇ ਕਾਰਨ ਇਹ ਗੱਡੀ ਜਿਹੜੀ ਗੰਦੇ ਨਾਲ ਡਿੱਗੀ ਹੈ। ਇਹ ਕਿੰਨੇ ਵਿਅਕਤੀ ਇਹਦੇ ਵਿੱਚ ਸਵਾਰ? ਦੋ ਸਵਾਰ ਸੀਗੇ, ਉਹਨਾਂ ਨੂੰ ਕੱਢ ਕੇ ਫਸਟ ਏਡ ਦਿੱਤੀ, ਉਹਨਾਂ ਹਸਪਤਾਲ ਦਾ ਸਦਰਾ ਹੈ। ਬਾਕੀ ਗੱਡੀ ਜਿਹੜੀ ਹੈ ਨਾਲੇ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨੀ ਗਈ। ਵਿਅਕਤੀ ਕਿੱਥੋਂ ਦੇ ਸੀਗੇ ਪਤਾ ਲੱਗਾ? ਸਰ, ਇਹ ਪਤਾ ਲੱਗਾ ਫਟਾਫਟ, ਤੁਹਾਨੂੰ ਮਤਲਬ ਹੋਸ਼ ਸੀਗੇ ਫਟਾਫਟ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਗੱਡੀਆਂ ਜਿਹੜੀਆਂ ਤੇਜ਼ ਰਫਤਾਰ ਨਾਲ ਆਉਂਦੀਆਂ ਆ, ਓਵਰਟੇਕ ਕਰਦੇ ਨੇ ਲੋਕ, ਅਤੇ ਉਹਨਾਂ ਦਾ ਹਾਦਸਿਆਂ ਦਾ ਕਾਰਨ ਬੰਦੇ ਆ, ਇੱਕ ਹੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਲੋਕਾਂ ਨੂੰ? ਸਰ, ਵਾਰ ਵਾਰ ਇਹੋ ਮੈਸੇਜ ਦਿੰਦੇ ਆਏ, ਇਹਨਾਂ ਨੂੰ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਕਿ ਗੱਡੀ ਓਵਰਲੋਡ ਨਾ ਚਲਾਓ, ਨਾ ਤੇਜ਼ ਚਲਾਓ, ਗੱਡੀ ਓਵਰਟੇਕ ਨਾ ਕਰੋ, ਜਿਹੜੀ ਹੈ ਸਲੋ ਚਲਾਓ ਗੱਡੀ, ਇਹ ਤਾਂ ਦਿੱਤੀ ਜਾਂਦੀ ਹੈ। ਪਰ ਗੱਡੀ ਓਵਰਟੇਕ ਕਰਨ ਨਾਲ ਗੱਡੀ ਜ਼ਿਆਦਾ ਐਕਸੀਡੈਂਟ ਹੁੰਦਾ ਜੀ, ਇਸ ਕਰਕੇ ਹਾਦਸਿਆਂ ਦਾ ਕਾਰਨ ਬਣਦਾ। ਬਾਕੀ ਇੱਥੇ ਮਨਜੀਤ ਸਿੰਘ ਲੋਕ ਪਲਾਂਟ ਵਾਲੇ ਜਿਹੜੇ, ਉਹਨਾਂ ਨੂੰ ਜਦੋਂ ਵੀ ਅਸੀਂ ਉਹਨਾਂ ਨੂੰ ਫੋਨ ਕਰਦੇ ਹਾਂ, ਜੇ ਸੀ ਬੀ ਭੇਜਦੇ ਤਾਂ ਹੁਣ ਵੀ ਉਹਨਾਂ ਦੀਆਂ ਜੇ ਸੀ ਬੀਆਂ ਦੋਨੇ ਆ ਗਈਆਂ ਨੇ, ਉਹਦੀ ਮਦਦ ਨਾਲ ਆਪਾਂ ਇਹਨਾਂ ਨੂੰ ਕੱਢ ਰਹੇ ਹਾਂ ਜੀ ਨਾਲੀ ਤੋਂ ਬਾਹਰ। ਉਹਦਾ ਕਾਫੀ ਸਹਿਯੋਗ ਹੈ ਮਨਜੀਤ ਸਿੰਘ ਲੋਕ ਪਲਾਂਟ ਦਾ। ਥੈਂਕ ਯੂ ਅਗਰਵਾਲ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਸਪੈਸ਼ਲ ਰਿਪੋਰਟ।